फोर्थ क्लास आपां तुहाडी पंजाबी दा दूजा चैप्टर रीड करना जिंदा नाम है गुलाबी डब्बा। ठीक है, माता पिता भैन भरा रिश्तेदार रब वालों बख्शिया गई अनमोल दातां हन। इन्हां वालों लुटाए जांदे निश्चल ते निरस्वार्थ प्यार नूं असी अपने हिरदे रूपी गुलाबी डब्बे विच संभाल के रखना हुंदा है। अपनियां दे प्यार तो कीमती तोहफा होर कुछ भी नहीं हुंदा। सारे रिश्तियां दा सत्कार करो, उन्हां नाल सच्चे दिलों प्यार करो। ठीक है, जिवें अपने मम्मी पापा ब्रदर सिस्टर, ठीक है, रिश्तेदार जो भी अपने रैलेटिवस है, मतलब ये रब दे वल्लों आपां नूं दातां दित्तियां गईयां हुंदियां। ठीक है, इन्हां नूं आपां निरस्वार्थ मतलब बिना किसी स्वार्थ तो, ठीक है, बिना किसी लालच तो इन्हां दे जिहड़े प्यार जिहड़े अपने आपां नूं प्यार करदे ने उह आपां अपने दिल विच संभाल के रखना हुंदा है। ठीक है, अपनियां दे प्यार तो जिवें हुण मम्मी पापा दे प्यार तो अपनी लाइफ दे विच होर कीमती तोहफा कोई नहीं हुंदा। ते आपां नूं सारे रिश्तियां दा सत्कार करना चाहिदा है, रिस्पैक्ट करनी चाहिए है। ठीक है, हुण आपां इह कहानी पढ़ांगे। ठीक है, एक बार एक बच्ची गत्ते दा एक डब्बा बना रही सी। बच्ची दा नां सी परी। जदों परी गत्ते दे डब्बे नूं गुलाबी रंग दे चमकीले कागज़ नाल शिकार रही सी तां अचानक उसदे पिता जी आ गए। उन्होंने आउंदिआं ही परी नूं डांटदिआं होइआं कहा, परी ਇਹ ਤੂੰ ਕੀ ਕੀਤਾ, ਸਾਰਾ ਕਾਗਜ਼ ਖਰਾਬ ਕਰ ਦਿੱਤਾ। ਮੈਂ ਇਹ ਕਾਗਜ਼ ਕਿਸੇ ਖਾਸ ਕੰਮ ਲਈ ਲਿਆਂਦਾ ਸੀ, ਸਭ ਨਾਸ਼ ਕਰ ਦਿੱਤਾ ਹੈ, ਕੁਝ ਪੁੱਛਤਾ ਲਿਆ ਕਰ ਬੇਟਾ। ਠੀਕ ਹੈ, ਇੱਕ ਲੜਕੀ ਸੀ ਪਰੀ। ਠੀਕ ਹੈ, ਉਹ ਨਾ ਇੱਕ ਗੁਲਾਬੀ ਰੰਗ ਦੇ ਡੱਬੇ ਦੇ ਉੱਪਰ ਇੱਕ ਡੱਬੇ ਦੇ ਉੱਪਰ ਗੁਲਾਬੀ ਰੰਗ ਦਾ ਚਮਕੀਲਾ ਕਾਗਜ਼ ਲਗਾ ਕੇ ਉਹਨੂੰ ਡੈਕੋਰੇਟ ਕਰ ਰਹੀ ਸੀ ਡੱਬੇ ਨੂੰ। ਫਿਰ ਉਹਦੇ ਪਾਪਾ ਆ ਜਾਂਦੇ ਕਮਰੇ ਦੇ ਵਿੱਚ, ਉਹਨੂੰ ਡਾਂਟਦੇ ਨੇ। ਠੀਕ ਹੈ, ਉਹਨਾਂ ਨੂੰ ਬੋਲਦੇ ਕਿ ਜਦੋਂ ਤੁਸੀਂ ਇਹ ਕਾਗਜ਼, ਮੈਂ ਕਿਸੇ ਖਾਸ ਕੰਮ ਨਹੀਂ ਲਿਆਂਦਾ ਸੀ, ਤੁਸੀਂ ਇਹ ਕਾਗਜ਼ ਖਰਾਬ ਕਰ ਦਿੱਤਾ, ਤਾਂ ਕਿਸੇ ਨੂੰ ਪੁੱਛ ਤਾਂ ਲਿਆ ਕਰੋ ਕਿ ਇਹ ਕਾਗਜ਼ ਕਿਸੇ ਨੂੰ ਚਾਹੀਦਾ ਜਾਂ ਨਹੀਂ ਚਾਹੀਦਾ। ਇਸ ਤਰ੍ਹਾਂ ਚੀਜ਼ਾਂ ਖਰਾਬ ਕਰਨੀਆਂ ਚੰਗੀ ਗੱਲ ਨਹੀਂ। ਅਤੇ ਉਹਨਾਂ ਬੋਲਿਆ ਕਿ ਬੇਟਾ ਜੀ, ਇਸ ਤਰ੍ਹਾਂ ਚੀਜ਼ਾਂ ਨੂੰ ਖਰਾਬ ਕਰਨਾ ਚੰਗੀ ਗੱਲ ਨਹੀਂ ਹੈ। ਤੂੰ ਹੁਣ ਇੰਨੀ ਛੋਟੀ ਵੀ ਨਹੀਂ ਹੈ, 8 ਸਾਲਾਂ ਦੀ ਹੋ ਗਈ ਹਾਂ, ਅੱਗੇ ਤੋ ਕਦੀ ਅਜਿਹੀ ਗਲਤੀ ਨਾ ਹੋਵੇ। ਅਤੇ ਉਹਨਾਂ ਆਪਣੀ ਬੇਟੀ ਨੂੰ ਡਾਂਟਦਾ ਕਿਹਾ ਕਿ ਹੁਣ ਤੂੰ ਛੋਟੀ ਬੱਚੀ ਨਹੀਂ, 8 ਸਾਲ ਤੇਰੀ ਉਮਰ ਹੋ ਚੁੱਕੀ ਹੈ। ਠੀਕ ਹੈ, ਤਾਂ ਅੱਗੇ ਤੋਂ ਅਜਿਹਾ ਇੱਦਾਂ ਦੀ ਗਲਤੀ ਕਦੇ ਵੀ ਨਹੀਂ ਹੋਣੀ ਚਾਹੀਦੀ। ਪਰ ਇਹ ਚੁੱਪਚਾਪ ਬੈਠੀ ਸੁਣਦੀ ਰਹੀ। ਉਸਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਜਿਵੇਂ ਕੁਝ ਸੁਣਿਆ ਹੀ ਨਾ ਹੋਵੇ। ਪਰੀ ਦੇ ਪਿਤਾ ਜੀ ਘਰ ਦੇ ਕੰਮਾਂ ਕਾਰਾਂ ਵਿੱਚ ਵਿਅਸਤ ਮਤਲਬ ਬਿਜ਼ੀ ਹੋ ਗਏ। ਠੀਕ ਹੈ, ਪਰੀ ਨੇ ਦੇਰ ਰਾਤ ਤੱਕ ਇੱਕ ਡੱਬਾ ਤਿਆਰ ਕੀਤਾ। ਜਿੰਨਾ ਸਜਾ ਸਕਦੀ ਸੀ ਉਹਨਾਂ ਉਸਨੂੰ ਸਜਾਇਆ। ਅਗਲੇ ਦਿਨ ਉਸਦੇ ਪਿਤਾ ਜੀ ਦਾ ਜਨਮ ਦਿਨ ਸੀ। ਸਵੇਰੇ ਉੱਠਦਿਆਂ ਹੀ ਉਸਨੇ ਉਹ ਡੱਬਾ ਆਪਣੇ ਪਿਤਾ ਜੀ ਨੂੰ ਦਿੰਦਿਆਂ ਹੋਇਆ ਕਿਹਾ, ਪਿਤਾ ਜੀ, ਜਨਮ ਦਿਨ ਮੁਬਾਰਕ ਹੋਵੇ, ਇਹ ਮੇਰੇ ਵੱਲੋਂ ਤੁਹਾਡੇ ਲਈ ਤੋਹਫ਼ਾ ਹੈ, ਇਹ ਸਾਰਾ ਤੁਹਾਡੇ ਲਈ ਹੈ। ਫਿਰ ਨੈਕਸਟ ਡੇ ਉਹ ਜਿਹੜਾ ਡੱਬਾ ਬਣਾ ਰਹੀ ਸੀ ਪਰੀ, ਉਹ ਆਪਣੇ ਪਾਪਾ ਦੇ ਬਰਥਡੇ 'ਤੇ ਉਹਨਾਂ ਨੂੰ ਗਿਫਟ ਦੇਣਾ ਚਾਹੁੰਦੀ ਸੀ, ਅਤੇ ਨੈਕਸਟ ਡੇ ਉਹਨੇ ਉਹ ਗਿਫਟ ਦੇ ਵੀ ਦਿੱਤਾ। ਪਰੀ ਦੇ ਪਿਤਾ ਜੀ ਰਾਤ ਵਾਲੀ ਗੱਲ ਤੋਂ ਥੋੜ੍ਹਾ ਨਾਰਾਜ਼ ਸਨ, ਅਤੇ ਉਹਨਾਂ ਨੂੰ ਪਛਤਾਵਾ ਵੀ ਹੋ ਰਿਹਾ ਸੀ ਕਿ ਉਹਨਾਂ ਨੇ ਪਰੀ ਨੂੰ ਕੁਝ ਜ਼ਿਆਦਾ ਹੀ ਡਾਂਟ ਦਿੱਤਾ ਸੀ। ਪਿਤਾ ਜੀ ਪਰੀ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ, ਜਿਵੇਂ ਕਹਿ ਰਹੇ ਹੁਣ ਬੇਟੀ ਮੈਨੂੰ ਮਾਫ਼ ਕਰ ਦੇ। ਜਦੋਂ ਉਹਨਾਂ ਨੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਇੱਕ ਵਾਰ ਉਹਨਾਂ ਦਾ ਚਿਹਰਾ ਗੁੱਸੇ ਵਿੱਚ ਫਿਰ ਲਾਲ ਹੋ ਗਿਆ। ਉਹਨਾਂ ਨੂੰ ਲੱਗਾ ਜਿਵੇਂ ਪਰੀ ਉਹਨਾਂ ਦਾ ਮਜ਼ਾਕ ਉਡਾਲ ਰਹੀ ਹੈ। ਕ੍ਰੋਧ ਵਿੱਚ ਉਹਨਾਂ ਨੇ ਪਰੀ ਨੂੰ ਕਿਹਾ ਕਿ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਜਦੋਂ ਕਿਸੇ ਨੂੰ ਕੋਈ ਤੋਹਫ਼ਾ ਦਿੰਦੇ ਹਾਂ ਤਾਂ ਖਾਲੀ ਡੱਬਾ ਨਹੀਂ ਦੇਈਦਾ, ਉਸ ਵਿੱਚ ਕੁਝ ਨਾ ਕੁਝ ਰੱਖ ਕੇ ਦੇਈਦਾ ਹੈ। ਠੀਕ ਹੈ, ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਦੇਖਿਆ ਕਿ ਉਹ ਡੱਬਾ ਖਾਲੀ ਹੈ, ਅਤੇ ਉਹਨਾਂ ਫਿਰ ਪਰੀ ਨੂੰ ਡਾਂਟਿਆ ਕਿ ਤੈਨੂੰ ਨਹੀਂ ਪਤਾ ਕਿ ਆਪਾਂ ਜਦੋਂ ਕਿਸੇ ਨੂੰ ਗਿਫਟ ਦਿੰਦੇ ਹਾਂ ਤਾਂ ਖਾਲੀ ਡੱਬਾ ਨਹੀਂ ਦਿੰਦੇ। ਠੀਕ ਹੈ, ਕੁਝ ਨਾ ਕੁਝ ਉਹਦੇ ਵਿੱਚ ਰੱਖ ਕੇ ਦੇਈਦਾ ਹੈ। ਪਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਉੱਚੀ ਉੱਚੀ ਰੋਣ ਲੱਗੀ। ਰੋਂਦਿਆਂ ਰੋਂਦਿਆਂ ਹਟਕੋਰੇ ਲੈਂਦਿਆਂ ਉਸਨੇ ਕਿਹਾ, ਪਿਤਾ ਜੀ, ਇਹ ਡੱਬਾ ਖਾਲੀ ਨਹੀਂ ਹੈ, ਇਹ ਮੇਰੇ ਪਿਆਰ ਨਾਲ ਭਰਿਆ ਹੋਇਆ ਹੈ। ਮੈਂ ਬਹੁਤ ਸਾਰੇ ਕਿੱਸ ਜਿੰਨੇ ਮੈਂ ਤੁਹਾਨੂੰ ਕਰ ਸਕਦੀ ਸੀ ਸਾਰੇ ਇਸ ਵਿੱਚ ਭਰ ਦਿੱਤੇ ਹਨ, ਉਹ ਸਾਰੇ ਤੁਹਾਡੇ ਲਈ ਹਨ। ਧਿਆਨ ਨਾਲ ਦੇਖੋ, ਡੱਬਾ ਮੇਰੇ ਪਿਆਰ ਭਰੇ ਕਿੱਸਸ ਨਾਲ ਭਰਿਆ ਹੋਇਆ ਹੈ। ਅਤੇ ਪਰੀ ਨੇ ਆਪ ਰੋਂਦਿਆਂ ਹੋਏ ਆਪਣੇ ਪਾਪਾ ਨੂੰ ਆਖਿਆ ਕਿ ਮੈਂ ਆਪਣੇ ਕਿੱਸਸ ਦੇ ਨਾਲ ਸਾਰਾ ਇਹ ਡੱਬਾ ਭਰ ਦਿੱਤਾ ਹੈ, ਧਿਆਨ ਨਾਲ ਤੁਸੀਂ ਦੇਖੋ। ਠੀਕ ਹੈ, ਪਿਆਰ ਦੇ ਨਾਲ ਸਾਰਾ ਡੱਬਾ ਭਰ ਦਿੱਤਾ ਹੈ। ਅਸਲ ਵਿੱਚ ਪਰੀ ਨੇ ਆਪਣੇ ਪਿਤਾ ਜੀ ਨੂੰ ਕਲਪਨਾ ਵਿੱਚ ਰੱਖ ਕੇ, ਕਲਪਨਾ ਮਤਲਬ ਇਮੈਜੀਨੇਸ਼ਨ, ਸੋਚ ਕੇ, ਠੀਕ ਹੈ, ਵਿੱਚ ਰੱਖ ਕੇ ਬਹੁਤ ਸਾਰੇ ਕਿੱਸ ਕੀਤੇ, ਅਤੇ ਉਹਨਾਂ ਕਿੱਸਸ ਨੂੰ ਇੱਕ ਇੱਕ ਕਰਕੇ ਡੱਬੇ ਵਿੱਚ ਰੱਖਦੀ ਗਈ। ਜਦੋਂ ਉਸਨੂੰ ਲੱਗਿਆ ਕਿ ਹੁਣ ਡੱਬਾ ਭਰ ਗਿਆ ਹੈ ਤਾਂ ਉਸਨੇ ਉਸਨੂੰ ਬੰਦ ਕਰ ਦਿੱਤਾ, ਗੁਲਾਬੀ ਰੰਗ ਦੇ ਪੇਪਰ ਨਾਲ ਸਜਾ ਦਿੱਤਾ। ਪਰੀ ਦੀ ਗੱਲ ਸੁਣਦਿਆਂ ਹੀ ਉਸਦੇ ਪਿਤਾ ਜੀ ਸੁੰਨ ਹੋ ਗਏ, ਅਤੇ ਉਹਨਾਂ ਨੇ ਪਰੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ, ਬਹੁਤ ਬਹੁਤ ਪਿਆਰ ਕੀਤਾ, ਮਾਫ਼ੀ ਮੰਗੀ।
ਆਪਣੇ ਆਪ ਨੂੰ ਪਰੀ ਅੱਗੇ ਛੋਟਾ ਮਹਿਸੂਸ ਕੀਤਾ।